ਆਪ ਹੀ ਜਵਾਈ ਬਣਿਆ ਹੈਗਾ, ਆਪ ਹੀ ਭਰਪੂਰ ਇੰਟੈਂਸ ਜਵਾਈ ਦੇ ਵਿੱਚ, ਹੈਪੀਨੈਸ ਦੇ ਵਿੱਚ, ਪੀਸ ਦੇ ਵਿੱਚ ਰਹੇਗਾ, ਤੇ ਉਹ ਜਿੱਦਣ ਜਦੋਂ ਅੱਖਾਂ ਖੋਲੇਗਾ ਉਹ ਇਨਫੈਕਟ ਲੋਕਾਂ ਨੂੰ ਕਰੀ ਜਾਏਗਾ, ਦਿਸ ਇਜ਼ ਵਾਟ ਹੈਪਨਸ, ਉਹ ਦੂਸਰੇ ਨੂੰ ਇਨਫੈਕਟ ਕਰੇਗਾ, ਪਰ ਇਨਫੈਕਸ਼ਨ ਉਹ ਮਿਲੇਗੀ ਜਿਹੜਾ ਸਸੈਪਟੇਬਲ ਹੋਵੇ। ਇੱਥੇ ਆਪਾਂ ਬੈਠੇ ਜੇ ਮੇਰੇ ਮੈਨੂੰ ਜ਼ੁਕਾਮ ਲੱਗਿਆ ਹੋਇਆ ਹੈਗਾ ਤੇ ਸ਼ਾਇਦ ਅੱਧਿਆਂ ਨੂੰ ਜ਼ੁਕਾਮ ਉਹ ਲੱਗ ਜਾਏਗਾ, ਕਿਉਂਕਿ ਯੂ ਆਰ ਸਸੈਪਟੇਬਲ, ਬਾਕੀ ਤੇ ਮੁਝੇ ਨਹੀਂ ਲੱਗਿਆ, ਯੂ ਆਰ ਨੋਟ ਕੰਡਕਟਿਡ ਟੂ ਮਾਈ ਜ਼ੁਕਾਮ। ਸੋ ਇੱਥੇ ਉਹ ਜੇ ਕਿਸੇ ਨੂੰ ਇਹ ਇਹ ਡਿਵਾਈਨ ਬਲਿਸ ਆ ਗਿਆ, ਡਿਵਾਈਨ ਰਸ ਆ ਗਿਆ ਤੇ ਡਿਵਾਈਨ ਜਵਾਈ, ਡਿਵਾਈਨ ਪੀਸ, ਤੇ ਉਹ ਹਾਈਲੀ ਮੋਸਟ ਇਨਫੈਕਸ਼ਸ ਥਿੰਗ ਹੈ ਦੁਨੀਆਂ ਦੇ, ਹੋਰ ਇੰਨੀ ਇਨਫੈਕਸ਼ਨ ਲੋਕਾਂ ਦੀ ਕਿੰਨੀ ਬੜੀ ਇਨਫੈਕਸ਼ਨ, ਪਰ ਇਹ ਬਹੁਤ ਹੀ ਜ਼ਿਆਦਾ ਇਨਫੈਕਸ਼ਨ ਹੈ, ਇਨਫੈਕਸ਼ਸ ਹੈਗਾ, ਤੇ ਜੋ ਇਹ ਛੋ ਲੱਗ ਜਾਂਦੀ ਹੈ। ਪਰ ਜਿਹੜੇ ਕੰਡਕਟਿਵ ਮਾਇੰਡ ਹੋਣਗੇ ਦੂਸਰੇ ਨੂੰ ਨਹੀਂ ਲੱਗਦੀ, ਜਿਹੜੇ ਠੁੱਲੇ ਬਣੇ ਹੋਏ ਇਹਨਾਂ ਨੂੰ ਨਹੀਂ ਲੱਗ ਸਕਦੀ। ਆਹ ਜਿਹੜੇ ਦਿਮਾਗੀ ਜਿਹੜੇ ਸਾਇੰਸਦਾਨ ਹੈ ਨਾ, ਜਿਹੜੇ ਦਿਮਾਗ ਘੋਟ ਘੋਟ ਕੇ ਇਹ ਸਿਆਣੇ ਬਣੇ ਹੋਏ ਹੈ, ਸਿਆਣੇ ਮਨ ਨਹੀਂ ਲੱਗੇ ਘੋੜਿਆਂ ਨੂੰ ਬੱਚਿਆਂ ਨੂੰ ਜਦੋਂ ਤੁਹਾਨੂੰ ਪੀਸ ਹੋਈ, ਜੋ ਰਸ ਆਇਆ, ਜੋ ਤੁਹਾਡੇ ਉਸ ਰਸ ਚੋਂ ਨਿਕਲੋ ਜੀ ਨਹੀਂ ਕਰੇਗਾ, ਤੇ ਉਦੋਂ ਸਮਝੋ ਉਦੋਂ ਗੁਰੂ ਨਾਨਕ ਦੇ ਦਰਸ਼ਨ ਹੋਏ। ਦਰਸ਼ਨ ਸਿਰਫ ਨਹੀਂ, ਯੂ ਆਰ ਲਿਵਿੰਗ ਇਨ ਦ ਲੈਪ ਆਫ ਗੁਰੂ ਨਾਨਕ, ਕਿਉਂਕਿ ਗੁਰੂ ਨਾਨਕ ਇਜ਼ ਵਾਟ ਇਜ਼ ਗੁਰੂ ਨਾਨਕ, ਗੁਰੂ ਨਾਨਕ ਨਾਂ ਦਿੱਤਾ ਹੋਇਆ, ਉਹਦਾ ਨਾਂ ਕੋਈ ਨਹੀਂ ਹੈ, ਅਸੀਂ ਗੁਰੂ ਨਾਨਕ ਕਹਿਤਾ। ਉਹ ਕ੍ਰਿਸ਼ਨ ਨੇ ਕ੍ਰਿਸਚਨ ਨੂੰ ਕ੍ਰਿਸ਼ ਕਹਿੰਦੇ ਆ, ਹਿੰਦੂ ਉਹਨੂੰ ਰਾਮ ਕਹਿ ਦਿੰਦੇ ਆ, ਉਹਨੂੰ ਕ੍ਰਿਸ਼ਨ ਕਹਿ ਦਿੰਦੇ ਆ, ਉਹ ਤਾਂ ਚੀਜ਼ ਤਾਂ ਇੱਕੋ ਹੀ ਹੈ, ਉਹ ਕੀ ਹੈ, ਉਹ ਹੈ ਲਵ, ਕੰਸਨਟ੍ਰੇਟਡ ਲਵ, ਡਿਵਾਈਨ ਲਵ, ਕੰਸਨਟ੍ਰੇਟਡ ਲਵ, ਦ ਸੋਰਸ ਆਫ ਲਵ, ਦ ਸੋਰਸ ਆਫ ਜੋਏ, ਦ ਸੋਰਸ ਆਫ ਬਲਿਸ, ਸੋਰਸ ਆਫ ਪੀਸ, ਸੋਰਸ ਆਫ ਹੈਪੀਨੈਸ। ਤੇ ਉਹ ਜਦੋਂ ਤੁਸੀਂ ਉੱਥੋਂ ਇੱਕ ਇੱਕ ਮਾੜਾ ਜਿਹਾ ਜੋ ਗਲਿੰਪਸ ਵੀ ਆ ਜਾਵੇ, ਜਦੋਂ ਉਸ ਮਹਾਂਪੁਰ ਐਸੇ ਮਹਾਂਪੁਰਖ ਦੀ ਤੁਹਾਨੂੰ ਟੱਚ ਵੀ ਮਿਲ ਜਾਏ, ਤੁਹਾਨੂੰ ਉਹ ਇੱਕ ਵਾਰੀ ਵਾਈਬ੍ਰੇਸ਼ਨ ਤੁਹਾਨੂੰ ਆ ਗਿਆ, ਤੇ ਉਹ ਤੁਸੀਂ ਕਹਿ ਸਕਦੇ ਹਾਂ ਮੈਨੂੰ ਹੁਣ, ਹਾਂਜੀ ਮੈਨੂੰ ਗੁਰੂ ਨਾਨਕ, ਉਹ ਗੁਰੂ ਨਾਨਕ ਸਾਹਿਬ ਅਸੀਂ ਦਰਸ਼ਨ ਪਾਲਦੇ। ਦੇਖੋ ਜਦੋਂ ਦਰਸ਼ਨ ਲਫ਼ਜ਼ ਕਹਿੰਦੇ ਆ, ਉਦੋਂ ਕਹਿੰਦੇ ਠੁੱਲਾ, ਇਸ ਤਰ੍ਹਾਂ ਜਿਸ ਤਰ੍ਹਾਂ ਮੈਂ ਤੁਹਾਡੇ ਦਰਸ਼ਨ ਆ, ਤੁਸੀਂ ਮੇਰੇ ਦਰਸ਼ਨ ਕਹਿਣ, ਗੁਰੂ ਨਾਨਕ ਇਜ਼ ਨੋਟ ਏ ਲਿਵਿੰਗ ਪਰਸਨੈਲਿਟੀ। ਹਾਂ ਅਗਰ ਤੁਸੀਂ ਚਾਹੁੰਦੇ ਹੋ ਕਿ ਉਹ ਇਸ ਸਰੀਰ ਦੇ ਵਿੱਚ ਆ ਕੇ ਦਰਸ਼ਨ, ਤਾਂ ਉਹ ਦੇ ਦਿੰਦੇ ਆ, ਉਹਦੀ ਭਾਵਨਾ ਅਨੁਸਾਰ ਦਿੰਦੇ, ਪਰ ਸੋਰਸ ਦੇਖੋ ਕਿੱਥੋਂ ਆਇਆ, ਉਹ ਗੋਡ ਇਜ਼ ਲਵ, ਧਿਆਨ ਕਰੋ, ਗੋਡ ਇਜ਼ ਲਵ, ਗੁਰੂ ਨਾਨਕ ਤਾਂ ਪਿਆਰ ਹੀ ਪਿਆਰ ਹੈ। ਜਦੋਂ ਉਹ ਪਿਆਰ ਤੁਹਾਡੇ ਅੰਦਰ ਤੁਹਾਡੇ ਨਾਲ ਠਾਠਾ ਮਾਰਨ ਲੱਗ ਪਿਆ, ਉਦੋਂ ਤੁਸੀਂ ਕਹਿੰਦੇ ਹਾਂ ਮੈਂ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕੀਤੇ। ਵਾਟ ਇਜ਼ ਦਰਸ਼ਨ, ਟੂ ਇੰਜੋਏ ਦ ਲਵ ਆਫ ਗੁਰੂ ਨਾਨਕ, ਇਸ ਦਰਸ਼ਨ ਟੂ ਇੰਜੋਏ ਦ ਪੀਸ ਆਫ ਗੁਰੂ ਨਾਨਕ, ਇਸ ਦਰਸ਼ਨ ਟੂ ਇੰਜੋਏ ਦ ਬਲਿਸ ਆਫ ਗੁਰੂ ਨਾਨਕ, ਇਸ ਦਰਸ਼ਨ, ਉਦੋਂ ਤੁਸੀਂ ਕਹੋਗੇ, ਉਦੋਂ ਤੁਹਾਨੂੰ ਕਹਿਣ ਦੀ ਵੀ ਲੋੜ ਨਹੀਂ, ਤੁਹਾਡੀਆਂ ਅੱਖਾਂ, ਤੁਹਾਡੇ ਫੀਚਰ, ਤੁਹਾਡੀਆਂ ਹਰਕਤਾਂ, ਤੁਹਾਡੀ ਸਪੀਚ ਦੱਸੇਗੀ ਕਿ ਹਾਂ ਇਹ ਵੀ ਇਹਨੂੰ ਵੀ ਇਹਨੇ ਵੀ ਇਲਾਹੀ ਨਾਮ ਦੇ ਸ਼ਰਾਬ ਪੀਤੀ ਹੋਈ ਹੈ, ਉਹ ਸ਼ਰਾਬ ਇੱਕ ਪੈਗ ਪੀ ਲਓ, ਉਹਦਾ ਸਭ ਕੁਛ ਬਦਲ ਜਾਂਦਾ ਹੈ। ਉਹ ਜੇ ਕੋਈ ਦੱਸਦਾ ਥੋੜਾ ਪੀਂਦਾ ਕਿ ਮੈਂ ਪੈਗ ਪੀਤੀ ਹੈ, ਦੇਖਣ ਵਾਲਾ ਝੱਟ ਪਛਾਣ ਜਾਂਦਾ, ਇਹ ਤਾਂ ਤੌਰ ਬਦਲ ਗਈ, ਇਹਦੀ ਤੌਰ ਬਦਲ ਗਈ, ਇਹਦੀ ਝਾਕਣੀ ਬਦਲ ਗਈ, ਇਹਦੀ ਅੱਖਾਂ ਬਦਲ ਗਈਆਂ, ਇਹਦੀ ਤਾਂ ਜ਼ਬਾਨ ਬਦਲ ਗਈ,
ਤੇ ਐਲਾਨ ਥੋੜਾ ਕਰਦਾ ਉਹਦਾ ਉਹਦਾ ਉਹਦੀ ਜਿਹੜੀ ਹਾਲਤ ਹੈ ਉਹ ਆਪਾਂ ਐਲਾਨ ਐਡਵਰਟਾਈਜ਼ ਸੈਲਫ ਐਡਵਰਟਾਈਜ਼ਮੈਂਟ ਹੋ ਰਹੀ ਹੈ ਤੇ ਜਿਹਦੇ ਅੰਦਰ ਇਹ ਰਸ ਆ ਗਿਆ ਜਿਹਦੇ ਅੰਦਰ ਸਵਾਦ ਆ ਗਿਆ ਉਹਨੂੰ ਐਡਵਰਟਾਈਜ਼ਮੈਂਟ ਕਰਨ ਦੀ ਲੋੜ ਨਹੀਂ ਕਿ ਮੈਨੂੰ ਗੁਰੂ ਸਾਹਿਬ ਦੇ ਦਰਸ਼ਨ ਹੋਏ ਬਸ ਉਹਦੀ ਚਾਕਣੀ ਉਹਦੇ ਦਰਸ਼ਨ ਬਸ ਉਹ ਇਹੋ ਜਿਹਾ ਅਗਰ ਇਨਸਾਨ ਨੂੰ ਕਿਤੇ ਮਿਲ ਜਾਓ ਤੇ ਥੋੜ੍ਹਾ ਇਨਫੈਕਸ਼ਨ ਹੋ ਸਕਦਾ ਤੇ ਫਿਰ ਤੁਸੀਂ ਫਿਰ ਉਹ ਉਹਦਾ ਦਰਸ਼ਨ ਇਹਨਾਂ ਅੱਖਾਂ ਨਾਲ ਨਹੀਂ ਉਹ ਤਾਂ ਤੁਸੀਂ ਇੰਜੋਏ ਕਰਨਾ ਹੈ ਉਹ ਇੰਜੋਏ ਅੰਦਰ ਕਰਨਾ ਹੈ ਔਰ ਉਹ ਫਿਰ ਅਗਰ ਤੁਸੀਂ ਦਰਸ਼ਨ ਭਾਲਦੇ ਹੋ ਫਿਜ਼ੀਕਲ ਦਰਸ਼ਨ ਫਿਜ਼ੀਕਲ ਤਾਂ ਖਤਮ ਹੋ ਜਾਣਾ ਹੈ ਗੁਰੂ ਸਾਹਿਬ ਜੀ ਦੱਸਾਂ ਸਰੀਰ ਦਾ ਦਰਸ਼ਨ ਤਾਂ ਹੁਣ ਕਿ ਉਹ ਸਰੀਰ ਖਤਮ ਹੋ ਗਿਆ ਉਹ ਐਲੀਮੈਂਟ ਖਤਮ ਹੋ ਗਿਆ ਉਹ ਤਸਵੀਰਾਂ ਤੇ ਦਰਸ਼ਨ ਹੈ ਇਹ ਤਾਂ ਕਾਗਜ਼ ਫਸ ਗਿਆ ਇਹ ਤਾਂ ਰੰਗ ਫੇਡ ਹੋ ਜਾਏਗੀ ਇਸ ਕਮਰੇ ਚ ਦੂਸਰੇ ਕਮਰੇ ਚ ਹੋ ਗਏ ਤੇ ਪਿੱਠ ਹੋ ਗਈ ਤੁਹਾਨੂੰ ਉਹ ਦਰਸ਼ਨ ਨਹੀਂ ਮਿਲੇਗਾ ਪਰ ਜਿਹੜਾ ਅੰਦਰ ਤਿਆਰ ਹੈ ਉਹ ਰਸ ਉਹ ਚਾਹ ਦਾ ਰਸਤਾ ਹੈ ਬਰਨ ਰਾਤ ਯੂ ਕੈਨ ਇੰਜੋਏ ਸੁੱਤੇ ਪਿਆਂ ਵੀ ਇੰਜੋਏ ਕਰ ਦਰਸ਼ਨ ਤਾਂ ਹੋ ਜਾ ਇੱਕ ਵਾਰ ਦੇਖ ਕੇ ਮੁੜ ਕੇ ਦੇਖਣ ਦੀ ਲੋੜ ਨੂੰ ਦਿਨ ਰਾਤ ਉਸ ਦਰਸ਼ਨ ਨੂੰ ਇੰਜੋਏ ਕਰ ਦੈਟ ਇਸ ਦਰਸ਼ਨ ਦਿਨ ਰਾਤ ਇੰਜੋਏ ਕਰ ਬਸ ਨੂੰ ਦਿਨ ਰਾਤ ਤੇ ਜੇ ਇਹ ਜੇ ਬੀਸ ਵਜੇ ਕੋਈ ਬੰਦਾ ਮਿਲ ਜਾਵੇ ਤੇ ਬਸ ਉਹਦਾ ਇਨਫੈਕਸ਼ਨ ਹੋ ਜਾਵੇ ਤੁਸੀਂ ਭਾਗਾਂ ਵਾਲੇ ਪੱਕੇ ਕਿ ਉਹ ਬਲਿਸ ਉਹ ਫਿਰ ਕਦੇ ਜਾਂਦਾ ਨਹੀਂ ਉਹ ਸ਼ਰਾਬ ਉਤਰਦੀ ਨਹੀਂ ਉਹ ਫਿਰ ਸ਼ਰਾਬ ਉਤਰਦੀ ਉਹ ਇੰਟੈਕਸੀਕੇਟਡ ਨਹੀਂ ਇੰਟੋਕਸੀਕੇਸ਼ਨ ਉਤਰਨੀ ਨਾ ਮੁਖਵਾਰੀ ਨਾਨਕਾ ਚੜੀ ਰਹੇ ਦਿਨ ਰਾਤ ਉਹ ਨਹੀਂ ਉਤਰਦੀ ਇਹ ਕਾਹਦਾ ਦਰਸ਼ਨ ਹੈ ਇਹ ਖਰ ਮਾਤਰ ਆਇਆ ਤੇ ਗਿਆ ਨੋ ਇਹ ਦਰਸ਼ਨ ਕੋਈ ਨਹੀਂ ਹੈ ਇਹ ਤਾਂ ਸਾਨੂੰ ਇਲਿਊਜ਼ਨ ਹੈ ਇਮੇਜੀਨੇਸ਼ਨ ਹੈ ਤੇ ਜੇ ਗੁਰੂ ਸਾਹਿਬ ਦੇ ਦਰਸ਼ਨ ਇੱਕ ਵਾਰੀ ਹੋ ਜਾਏ ਉਹ ਬਲਿਸ ਨੂੰ ਭੁੱਲ ਸਕਦਾ ਕੋਈ ਹੁਣ ਅੱਜ ਤੁਸੀਂ ਬਲਿਸ ਅੱਜ ਰਸ ਅੱਜ ਲਈ ਤੁਸੀਂ ਮੈਂ ਇਹਨੂੰ ਤੁਹਾਨੂੰ ਭੁੱਲ ਸਕਦਾ